सियासत व्यापार खेडां ते फिल्म जगत दे नाल देश दुनिया दी हर वड्डी खबर दे लई हुणे डाउनलोड करो देश दी नंबर वन न्यूज़ ऐप दैनिक सवेरा टाइम्स। समीर सिंह सैनी एक्स डीजीपी उत्ते 29 साल बाद एक परचा दर्ज होया। एफआईआर दर्ज होने तो दो दिन बाद समीर सिंह सैनी ने अपनी जमानत वास्ते एक अपील पाई मोहाली दी अडिशनल सैशन कोर्ट दी सैशन जज दी कोर्ट दे विच। ते इस दी एक दिन बाद सुनवाई होनी है ते आर्गूमेंट भी होणगे दोनों पार्टियां दे विच। इस वक्त मेरे नाल जो विक्टिम फैमिली हैगी आ उहनां दे वकील प्रदीप सिंह विरक हैगे ने, आपां उहनां नाल गलबात करदे हां कि कोर्ट दे विच जो प्रोसीडिंग होईआं अज दीआं की सी ते कलों की होणीआं हैगीआं ने। प्रदीप जी, 29 साल बाद इह मुकदमा दर्ज होया ते इह सुणाउंदे विच आ रिहा भी पहलां भी फैमिली नूं किसे ने नहीं पुछिआ, परंतु हुण उहनां दी इक एप्लीकेशन ते इह परचा दर्ज हो चुक्किआ ते अज कोर्ट दे विच समीर सैनी वल्लों अपनी जमानत वास्ते अर्जी दित्ती गई। ਅਤੇ ਕੀ ਪ੍ਰੋਸੀਜਰ ਸੀ ਅੱਗੇ ਕੋਰਟ ਦਾ, ਕੀ ਪ੍ਰੋਸੀਡਿੰਗ ਸੀ? ਦੇਖੋ, ਇਸ ਕੇਸ ਦੇ ਵਿੱਚ ਥੋੜ੍ਹੇ ਜਿਹੇ ਮੈਂ ਫੈਕਟਸ ਕਲੈਰੀਫਾਈ ਕਰ ਦੇਣਾ। 91 ਦਾ ਕੇਸ ਹੈ ਜਦੋਂ ਸੁਮੇਧ ਸਿੰਘ ਸੈਨੀ SSP ਸੀਗੇ UT ਦੇ ਵਿੱਚ। ਉਸ ਵੇਲੇ ਇਹਨੇ ਆਪਣੇ ਬਲਾਸਟ ਦੇ ਕੇਸ ਦੇ ਵਿੱਚ ਕੁਛ ਬੰਦਿਆਂ ਨੂੰ ਅਕਿਊਜ਼ ਬਣਾ ਕੇ PO ਸ਼ੋਅ ਕਰਤਾ ਬਾਅਦ ਦੇ ਵਿੱਚ, ਔਰ ਉਹ ਬੰਦਿਆਂ ਨੂੰ ਐਕਚੁਅਲੀ ਇਹਨੇ ਐਲੀਮੀਨੇਟ ਕਰਤਾ ਸੀ। ਸੋ ਉਸ ਕੇਸ ਦੇ ਕਨੈਕਸ਼ਨ ਦੇ ਵਿੱਚ ਇਨਵੈਸਟੀਗੇਸ਼ਨ ਪਹਿਲੀ ਵਾਰੀ 2007 ਦੇ ਵਿੱਚ ਸ਼ੁਰੂ ਹੋਈ ਸੀ ਆਨਰੇਬਲ ਹਾਈਕੋਰਟ ਦੇ ਆਰਡਰਸ ਦੇ ਉੱਤੇ, ਜਿਹਦੇ ਉੱਤੇ 9 ਮਹੀਨੇ ਦੀ ਇਨਵੈਸਟੀਗੇਸ਼ਨ ਤੋਂ ਬਾਅਦ CBI ਨੇ FIR ਵੀ ਦਰਜ ਕੀਤੀ ਸੀ। ਇੱਕ ਟੈਕਨੀਕਲ ਇਸ਼ੂ ਦੇ ਉੱਤੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਜਦੋਂ ਸਟੇਟ ਆਫ ਪੰਜਾਬ ਨੇ SLP ਪਾਈ ਤਾਂ ਉਹਨਾਂ ਨੇ ਉਹ ਕੁਐਸ਼ ਕਰਤੀ ਸੀ ਆਨਰੇਬਲ ਸੁਪਰੀਮ ਕੋਰਟ ਨੇ December 2011 ਦੇ ਵਿੱਚ। ਇੱਕੋ ਹੀ ਗਰਾਊਂਡ ਉਹਦੇ ਵਿੱਚ ਉਹਨਾਂ ਨੇ ਇੱਕ ਲਿਬਰਟੀ ਦਿੱਤੀ ਕਿ ਜੇ ਕੰਪਲੇਨੈਂਟ ਫੈਮਿਲੀ ਐਗਰੀਵਡ ਹੈ ਸੋ ਦੇ ਆਰ ਐਟ ਲਿਬਰਟੀ ਕਿ ਤੁਸੀਂ ਇਸ ਚੀਜ਼ ਨੂੰ ਦੁਬਾਰਾ ਪਰਸਿਊ ਕਰ ਰਹੋ, ਆਹ ਟੈਕਨੀਕਲ ਇਸ਼ੂ ਕਰਕੇ ਸਾਨੂੰ ਇੱਕ ਵਾਰੀ ਕੁਐਸ਼ ਕਰਨਾ ਪੈ ਰਿਹਾ। ਹੁਣ ਉਹ ਕੰਪਲੇਂਟ ਤੋਂ 2 ਮਹੀਨੇ ਬਾਅਦ ਸੁਮੇਧ ਸਿੰਘ ਸੈਨੀ DGP ਬਣ ਗਏ, ਸੋ ਫੈਮਿਲੀ ਕੰਪਲੇਂਟ ਕਿਵੇਂ ਦੇ ਸਕਦੀ ਸੀ? ਇਸ ਕਰਕੇ ਉਦੋਂ ਤੋਂ ਹੁਣ ਤੱਕ ਕੰਪਲੇਂਟ ਨਹੀਂ ਦਿੱਤੀ ਗਈ, ਔਰ ਅੱਜ ਉਹਨਾਂ ਨੇ ਕੰਪਲੇਂਟ ਜਦੋਂ ਦਿੱਤੀ ਹੈ ਉਹਦੇ 'ਤੇ ਹੁਣ FIR ਹੋਈ ਹੈ ਜਿਹਦੇ ਵਿੱਚ ਇਹ ਐਂਟੀਸਪੇਟਰੀ ਬੇਲ ਇਹਨਾਂ ਨੇ ਫਾਈਲ ਕੀਤੀ ਹੈ। ਵਿਰਕ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਕੁਐਸ਼ ਕਰ ਦਿੱਤੀ ਗਈ ਸੀ ਅਤੇ ਉਹ ਤੋਂ ਬਾਅਦ ਲਿਬਰਟੀ ਦਿੱਤੀ ਗਈ ਸੀ ਫੈਮਿਲੀ ਨੂੰ, ਪਰੰਤੂ ਫੈਮਿਲੀ ਦੀ ਤਾਂ ਸੁਣਨੀ ਕਿਹਨੇ ਸੀ? ਕਿਉਂਕਿ ਜੋ ਸਫਰਿੰਗ ਕਰ ਰਹੀ ਹੈ ਫੈਮਿਲੀ ਉਹਨੂੰ ਤਾਂ ਸੁਣਦਾ ਹੀ ਨਹੀਂ ਉਹਦੀ ਤਾਂ ਕੋਈ, ਅਤੇ ਉੱਪਰੋਂ ਜਿਹਦੇ ਖਿਲਾਫ਼ ਚੱਲ ਰਹੀ ਆ ਉਹ DGP ਹੋਵੇ ਸਟੇਟ ਦਾ, ਅਤੇ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ 'ਚ ਜਿਹੜੇ ਸਰਕਮਸਟਾਂਸੀਅਲ ਜਿਹੜਾ ਐਵੀਡੈਂਸ ਸੀਗੇ ਜਾਂ ਉਸ ਟਾਈਮ ਦੀਆਂ ਜੋ ਗੱਲਾਂ ਸੀ ਉਹਨਾਂ ਦੇ ਵਿੱਚੋਂ ਬਹੁਤ ਕੁਛ ਤਾਂ ਹੁਣ ਲੱਭਣਾ ਵੀ ਨਹੀਂ ਹੈਗਾ? ਦੇਖੋ, ਇਸੇ ਕਰਕੇ ਅੱਜ ਵੀ ਸੁਮੇਧ ਸਿੰਘ ਸੈਨੀ ਦੀ ਆਹੀ ਕੋਸ਼ਿਸ਼ ਹੈ ਕਿ ਬਜਾਏ ਇਹਦੇ ਉਹ ਕੇਸ ਨੂੰ ਮੈਰਿਟ 'ਤੇ ਲੜਦੇ, ਉਹ ਇਸ ਚੀਜ਼ ਨੂੰ ਇੱਕ ਵੈਂਡੇਟਾ ਦਾ ਕਲਰ ਦੇਣ ਦੀ ਕੋਸ਼ਿਸ਼ ਕਰ ਰਹੇ ਹੈ। ਇਹ ਉਹਨਾਂ ਦੀ ਇੱਕ ਚਾਲ ਹੈ, ਕਿਉਂਕਿ ਜੇ ਗਵਰਨਮੈਂਟ ਨੇ ਵੈਂਡੇਟਾ ਅਨਲੀਸ਼ ਕਰਨਾ ਹੁੰਦਾ ਤਾਂ ਗਵਰਨਮੈਂਟ ਬਣੇ ਤਾਂ 3 ਸਾਲ ਹੋ ਗਏ। ਉਹਨਾਂ ਨੇ ਪਲੀ ਹੀ ਆ ਲਈ ਹੈ ਜੀ, ਵੈਂਡੇਟਾ ਕਰਕੇ ਮੇਰੇ 'ਤੇ ਕੀਤਾ ਗਿਆ ਹੈ। ਇਹ ਨਹੀਂ ਕਿਹਾ ਕਿ ਸਰਕਾਰ ਬਣੇ 3 ਸਾਲ ਹੋ ਗਏ, 3 ਸਾਲ ਤਾਂ ਮੈਨੂੰ ਕੁਛ ਨਹੀਂ ਕਿਹਾ, ਜੇ ਵੈਂਡੇਟਾ ਹੀ ਕਰਨਾ ਸੀ ਤਾਂ ਹੁਣ ਕਿਉਂ? ਦੂਜੀ ਗੱਲ, ਜਿਹੜੀ ਵਿਕਟਿਮ ਫੈਮਿਲੀ, ਤੁਸੀਂ ਗੱਲ ਬਿਲਕੁਲ ਠੀਕ ਆਖੀ ਹੈ, ਸੁਮੇਧ ਸਿੰਘ ਸੈਨੀ ਦੀ ਮੈਨੂਪਲੇਸ਼ਨਸ ਇੰਨੀ ਵਧੀਆ ਰਹੀਆਂ ਕਿ ਇੱਕ CBI ਦੀ ਇਨਵੈਸਟੀਗੇਸ਼ਨ ਫੇਸ ਕਰਨ ਵਾਲਾ ਐਕਿਊਜ਼ਡ ਪੰਜਾਬ ਦਾ DGP ਰਹਿ ਗਿਆ। ਸੁਮੇਧ ਸਿੰਘ ਸੈਨੀ ਦਾ ਦਿੱਲੀ ਕੇਸ ਚੱਲ ਰਿਹਾ। ਹੁਣ ਉਹ ਕੇਸ ਦਿੱਲੀ ਉਦੋਂ ਟ੍ਰਾਂਸਫਰ ਕੀਤਾ ਸੀ ਜਦੋਂ ਇਹ DIG ਰੈਂਕ ਦੇ ਵਿੱਚ ਸੀ। ਹੁਣ DIG ਰੈਂਕ ਦੇ ਆਫਿਸਰ ਦਾ ਇਨਫਲੂਐਂਸ ਇੰਨਾ ਸੀ ਕਿ ਟ੍ਰਾਇਲ ਟ੍ਰਾਂਸਫਰ ਹੋਈ, SSP ਹੁੰਦਿਆਂ ਇਹ ਪਹਿਲਾਂ ਹਰਿਆਣਾ ਦੇ ਵਿੱਚ ਅੰਬਾਲਾ ਦੇ ਵਿੱਚ ਚਲਾਨ ਦਿੱਤਾ ਗਿਆ। ਸੋ ਇਹ ਸੋਚੋ ਕਿ ਜੇ SSP ਹੁੰਦਿਆਂ ਇਹਦਾ ਇੰਨਾ ਇਨਫਲੂਐਂਸ ਰਿਹਾ ਹੈ। ਸੋ ਇਸ ਕੇਸ ਨੂੰ 29 ਸਾਲ ਇਹਨੇ ਸ਼ੁਰੂਆਤ ਹੀ ਨਹੀਂ ਇਸ ਕੇਸ ਦੀ ਤਫਤੀਸ਼ ਦੀ ਹੋਣ ਦਿੱਤੀ, ਵਨ ਵੇ ਔਰ ਦੀ ਅਦਰ। ਹੁਣ ਮਸਾਂ ਇਨਸਾਫ਼ ਦੀ ਉਮੀਦ ਜਾਗੀ ਹੈ, ਬਹੁਤ ਐਵੀਡੈਂਸ ਤੁਹਾਡੀ ਗੱਲ ਸਹੀ ਹੈ, ਡਿਸਟਰੋਏ ਇਹਨੇ ਕਰ ਦਿੱਤੀ ਹੋਣੀ ਹੈ, ਪਰ ਉਹੀ ਗੱਲ ਹੈ, ਰੱਬ ਦੇ ਘਰ ਦੇਰ ਹੈ ਨੇਰ ਨਹੀਂ। ਸਾਨੂੰ ਅੱਜ ਵੀ ਉਮੀਦ ਹੈ ਕਿ ਇੱਕ ਬਹੁਤ ਵਧੀਆ ਸਟੈਪ ਗਵਰਨਮੈਂਟ ਨੇ ਚੁੱਕਿਆ ਕਿ ਕੰਪਲੇਨੈਂਟ ਦੀ ਗੱਲ ਸੁਣ ਕੇ FIR ਰਜਿਸਟਰ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਇਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਹੋਊਗੀ ਅਤੇ ਐਵੀਡੈਂਸ ਬਹੁਤ ਆਊਗੀ, ਬਿਕੋਜ਼ CBI ਨੇ 70 ਵਿਟਨੈਸਿਸ ਐਗਜ਼ਾਮਿਨ ਕਰਕੇ FIR ਰਜਿਸਟਰ ਕੀਤੀ ਸੀ, ਔਰ ਉਹਦੇ ਵਿੱਚ ਕਿਹਾ ਸੀ ਕਿ ਬਹੁਤ ਐਵੀਡੈਂਸ ਇਹਦੇ ਅਗੇਂਸਟ ਆਈ ਹੈ। ਤੁਸੀਂ ਵਿਕਟਿਮ ਫੈਮਿਲੀ ਦੇ ਵਕੀਲ ਹੋ, ਵਕੀਲ ਸਾਹਿਬ, ਅਤੇ ਤੁਹਾਨੂੰ ਕੀ ਲੱਗ ਰਿਹਾ ਕਿ ਇਨਸਾਫ ਮਿਲ ਪਾਏਗਾ ਉਹਨੂੰ ਹੁਣ, ਕਿਉਂਕਿ ਸਿਰਫ ਇੱਕ FIR ਹੀ ਦਰਜ ਹੋਈ ਹੈ, ਜੇ ਪ੍ਰੋਸੀਡਿੰਗ ਤਾਂ ਬਾਕੀ ਹੈਗੀਆਂ ਨੇ? ਦੇਖੋ, ਸਾਡਾ ਕੰਮ ਤਾਂ ਇਨਸਾਫ ਲਈ ਲੜਨਾ ਹੈ, ਅਸੀਂ ਅਖੀਰ ਤੱਕ ਲੜਾਂਗੇ, ਔਰ ਉਮੀਦ ਹੀ ਹੈ ਜਿਹਦੇ ਬੇਸਿਸ 'ਤੇ ਅਸੀਂ ਲੜਦੇ ਹਾਂ, ਰੱਬ ਦੇ ਵਿੱਚ ਵਿਸ਼ਵਾਸ ਰੱਖ ਕੇ ਲੜਦੇ ਹਾਂ, ਉਸੇ ਉਮੀਦ 'ਤੇ, ਉਸੇ ਰੱਬ ਦੇ ਵਿੱਚ ਵਿਸ਼ਵਾਸ ਦੇ ਉੱਤੇ ਇਹ ਲੜਾਈ ਕੰਟੀਨਿਊ ਕੀਤੀ ਜਾਊਗੀ, ਔਰ ਰੱਬ ਮਿਹਰ ਕਰਨ ਇਨਸਾਫ ਵੀ ਜ਼ਰੂਰ ਮਿਲੂਗਾ। ਪ੍ਰਦੀਪ ਜੀ, ਇੱਕ ਗੱਲ ਮੈਨੂੰ ਹੋਰ ਦੱਸੋ ਕਿ ਜਿਹੜੀਆਂ ਧਾਰਾਵਾਂ ਦੇ ਅੰਤਰਗਤ ਇਹ ਮੁਕੱਦਮਾ ਦਰਜ ਹੋਇਆ, FIR ਦਰਜ ਹੋਈ ਹੈ, ਕੀ ਤੁਸੀਂ ਉਹਦੇ ਤੋਂ ਸੰਤੁਸ਼ਟ ਹੋ? ਦੇਖੋ, ਧਾਰਾਵਾਂ ਫਾਈਨਲ ਨਹੀਂ ਹੁੰਦੀਆਂ FIR ਦੇ ਵਿੱਚ, ਕਦੇ ਫਸਟ ਇਨਫੋਰਮੇਸ਼ਨ ਦੇ ਉੱਤੇ ਰਿਪੋਰਟ ਹੁੰਦੀ ਹੈ ਜਿਹੜੀ, ਉਹਦੇ ਉੱਤੇ FIR ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਉੱਤੇ FIR ਰਜਿਸਟਰ ਕਰ ਦਿੰਦੇ ਹਨ ਪਰਟੀਕੁਲਰ ਸੈਕਸ਼ਨਸ ਜੋ ਕੰਪਲੇਂਟ ਦੇ ਵਿੱਚ ਆਏ। ਸਬਸੀਕੁਐਂਟਲੀ ਤਫਤੀਸ਼ ਜਦੋਂ ਹੁੰਦੀ ਹੈ ਉਹਦੇ ਵਿੱਚ ਸੈਕਸ਼ਨਸ ਐਡ ਵੀ ਕਰ ਦਿੰਦੇ ਆ, ਹਟਾ ਵੀ ਦਿੰਦੇ ਆ। ਕੋਰਟ ਦੇ ਵਿੱਚ ਚਲਾਨ ਫਾਈਲ ਹੋਣ ਤੋਂ ਬਾਅਦ ਚਾਰਜ ਕਿਹੜੇ ਕਿਸ ਸੈਕਸ਼ਨ ਦੇ ਵਿੱਚ ਲੱਗਣਾ ਹੈ ਜਾਂ ਕਿਹੜੇ 'ਚ ਨਹੀਂ ਲੱਗਣਾ, ਉਹਦੇ ਵਿੱਚ ਵੀ ਆਲਟਰੇਸ਼ਨਸ ਹੁੰਦੀਆਂ ਰਹਿੰਦੀਆਂ। ਸੋ ਇਹ ਕੋਈ ਫਾਈਨਲ ਚੀਜ਼ ਨਹੀਂ ਹੁੰਦੀ, ਅਜੇ ਤਾਂ ਤਫਤੀਸ਼ ਦੇ ਵਿੱਚ ਕੀ ਐਵੀਡੈਂਸ ਆਉਂਦੀ ਹੈ ਉਹਦੇ 'ਤੇ ਚੀਜ਼ਾਂ ਡਿਪੈਂਡ ਕਰਨਗੀਆਂ।
पर हाँ ये जरूर है कि ये फैब्रिकेशन ऑफ एविडेंस भी है, इट इज़ बेसिकली अ केस ऑफ कोल्ड ब्लडेड मर्डर, जिथे अपनी पोजिशन अब्यूज़ करके सुमेत सिंह सैनी ने इनोसेंट बंदियां नू एलिमिनेट किया है। सो इस चीज़ करके यह जो पुलिस ऑफिसर्स नू तां डेफिनेटली सीरियस तो सीरियस सैक्शन के अंडर बुक करना चाहिए। हुण वो देखते हैं एविडेंस की आती है और वो किहड़े सैक्शन होर ऐड होंगे या इन चो कोई अल्टर होंगे, वो अगे दी चीज़ा ने हौली हौली सामने आने। ਤੁਸੀਂ ਵਿਰਕ ਸਾਹਿਬ ਕੋਲਡ ਬਲੱਡਡ ਮਰਡਰ ਦੀ ਗੱਲ ਕੀਤੀ ਹੈਗੀ ਹੈ, ਅਤੇ ਤੁਸੀਂ ਨਹੀਂ ਚਾਹੁੰਦੇ ਕਿ ਇਹਦੇ ਵਿੱਚ 302 302 ਦੀ ਧਾਰਾ ਲੱਗੇ? ਦੇਖੋ ਐਬਡਕਸ਼ਨ ਜਦੋਂ 302 ਦੇ ਵਿੱਚ ਕਨਵਰਟ ਹੋਊਗੀ ਉਦੋਂ ਹੋਊਗੀ ਜਦੋਂ ਐਵੀਡੈਂਸ ਸਾਹਮਣੇ ਆਊਗੀ, ਵਿਟਨੈਸਿਸ ਦੀਆਂ ਸਟੇਟਮੈਂਟਸ ਹੋਣਗੀਆਂ। ਐਜ਼ ਆਫ ਨਾਊ ਲੇਟ ਮਿਸਟਰ ਦਰਸ਼ਨ ਸਿੰਘ ਮੁਲਤਾਨੀ ਵੱਲੋਂ ਕੰਪਲੇਂਟ ਪਹਿਲਾਂ ਹੋਈ ਸੀ, ਉਹਨਾਂ ਨੇ ਕੇਸ ਪਰਸਿਊ ਕੀਤਾ ਸੀ, ਉਹਨਾਂ ਦੀ ਡੈਥ ਹੋ ਗਈ। ਉਹਨਾਂ ਦੇ ਬੇਟੇ ਨੇ ਜਿਹੜੇ ਵਿਕਟਿਮ ਦੇ ਬ੍ਰਦਰ ਨੇ ਬਲਵਿੰਦਰ ਸਿੰਘ, ਜਿਹੜੇ ਮੇਰੇ ਕਲਾਇੰਟ ਨੇ, ਉਹਨਾਂ ਨੇ ਹੁਣ ਪਰਸਿਊ ਕੀਤਾ ਕੰਪਲੇਂਟ ਦੇ ਕੇ। ਸੋ ਨਾ ਤਾਂ ਉਹ ਆਪ ਆਈ ਵਿਟਨੈਸ ਨੇ ਜਿਨ੍ਹਾਂ ਦੇ ਕਿਹਾ 302 ਲੱਗ ਸਕਦੀ ਸੀ, ਨਾ ਉਹਨਾਂ ਨੇ ਕੋਈ ਇਹੋ ਜਿਹੀ ਐਵੀਡੈਂਸ ਦਿੱਤੀ ਹੈ ਜਿਹਦੇ ਵਿੱਚ 302 ਬਣ ਰਹੀ ਹੈ। ਬਹੁਤ ਐਵੀਡੈਂਸ ਦਿੱਤੀ ਹੈ ਪ੍ਰੂਵਿੰਗ ਐਬਡਕਸ਼ਨ ਬਿਓਂਡ ਡਾਊਟ। ਹੁਣ ਉਹ ਐਬਡਕਸ਼ਨ ਵਿਦ ਦੀ ਇੰਟੈਂਸ਼ਨ ਆਫ ਕਮਿਟਿੰਗ ਮਰਡਰ ਦੀ ਵੀ ਐਵੀਡੈਂਸ ਆ ਚੁੱਕੀ ਹੈ, ਉਹ ਵੀ ਪ੍ਰੂਵ ਹੋ ਰਿਹਾ। ਮੇਨ ਚੀਜ਼ ਇਹ ਹੈ ਕਿ 302 ਇਕੱਲੀ ਲੱਗੂਗੀ, ਉਹ ਹੁਣ ਬਾਕੀ ਜੋ ਐਵੀਡੈਂਸ ਹੁੰਦੀ ਹੈ ਉਹਦੇ 'ਤੇ ਡਿਪੈਂਡ ਕਰੂਗਾ। ਕਿਉਂਕਿ ਵੇਖੋ 29 ਸਾਲ ਹੋ ਗਏ, ਰਿਕਾਰਡ 'ਤੇ ਵੀ ਹੈ ਇਹ ਚੀਜ਼ਾਂ ਕਿ ਇਹਨੇ ਕਿਸ ਤਰ੍ਹਾਂ ਐਵੀਡੈਂਸ ਫੈਬਰੀਕੇਟ ਕੀਤੀ ਹੈ, ਕਿਸ ਤਰ੍ਹਾਂ ਅਬਿਊਜ਼ ਆਫ ਓਫਿਸ਼ੀਅਲ ਪੋਜੀਸ਼ਨ ਕੀਤਾ ਹੈ। ਦੂਜੀ ਗੱਲ, ਐਜ਼ ਅ ਲੋਇਰ ਮੈਂ ਇਹ ਫੀਲ ਕਰਦਾ ਕਿ ਲਾਈਫ ਇੰਪ੍ਰਿਜ਼ਨਮੈਂਟ ਹੋਈ ਜਾਂ ਡੈਥ ਸੈਂਟੈਂਸ ਹੋਇਆ ਕਿਸੇ ਇਨਸਾਨ ਨੂੰ, ਵਾਟ ਇਜ਼ ਇੰਪੋਰਟੈਂਟ ਇਜ਼ ਕਿ ਬੰਦੇ ਨੂੰ ਪਹਿਲਾਂ ਇੱਕ ਲੋਅ ਦੇ ਐਂਬਿਟ ਦੇ ਵਿੱਚ ਲਿਆ ਕੇ ਸਜ਼ਾ ਤੱਕ ਤਾਂ ਪਹੁੰਚਾਉਣਾ ਜ਼ਰੂਰੀ ਹੈ। ਤੁਸੀਂ ਇਹ ਦੇਖੋ ਜੇ 29 ਸਾਲ ਬਾਅਦ ਐਫ ਆਈ ਆਰ ਦਰਜ ਹੋਈ ਹੈ, ਕਦੋਂ ਇਹਦੀ ਤਫਤੀਸ਼ ਪੂਰੀ ਹੋਊਗੀ, ਕਦੋਂ ਕੋਰਟ ਦੇ ਵਿੱਚ ਇਹਦੀ ਟ੍ਰਾਇਲ ਸ਼ੁਰੂ ਹੋਊਗੀ ਔਰ ਕਦੋਂ ਫਾਈਨਲ ਫੈਸਲਾ ਹੋਊਗਾ। ਸੋ ਇਹਦੇ ਵਿੱਚ ਸਾਨੂੰ ਇਹ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਬੰਦੇ ਨੇ ਜੋ ਗੁਨਾਹ ਕੀਤੇ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ। 302 ਦਾ ਸੈਕਸ਼ਨ ਅਕੋਰਡਿੰਗਲੀ ਜੇ ਐਵੀਡੈਂਸ ਆ ਜਾਂਦੀ ਹੈ ਔਨ ਰਿਕਾਰਡ ਜ਼ਰੂਰ ਐਡ ਹੋ ਜਾਊਗਾ, ਨਹੀਂ ਤਾਂ ਵੀਲ ਮੂਵ ਐਨ ਐਪਲੀਕੇਸ਼ਨ ਬਿਫੋਰ ਦ ਕੋਰਟ। ਔਰ ਜੇ ਸਰਕਾਰ ਨੇ ਇੰਨੀ ਇੱਕ ਫੇਅਰਨੈਸ ਸ਼ੋਅ ਕੀਤੀ ਹੈ ਕਿ ਇੰਨੇ ਪੁਰਾਣੇ ਕੇਸ ਦੇ ਵਿੱਚ ਵੀ ਜੋ ਆਨਰੇਬਲ ਸੁਪਰੀਮ ਕੋਰਟ ਨੇ ਸਾਨੂੰ ਲਿਬਰਟੀ ਦਿੱਤੀ ਸੀ, ਉਸ ਲਿਬਰਟੀ ਨੂੰ ਇੰਪਲੀਮੈਂਟ ਕੀਤਾ, ਸੋ ਹੋ ਸਕਦਾ ਹੁਣ ਵੀ ਉਹ ਜੇ ਐਵੀਡੈਂਸ ਆਉਂਦੀ ਐਡ ਕਰਨ। ਵਿਰਕ ਸਾਹਿਬ, ਤੁਸੀਂ ਇੱਕ ਤਾਂ ਕੇਸ 29 ਸਾਲ ਪੁਰਾਣਾ ਹੈਗਾ, ਦੂਸਰਾ ਜੋ ਫੈਮਿਲੀ ਹੈਗੀ ਹੈ ਉਹ ਉਹਨੇ ਡਰ ਨਾਲ ਹੁਣ ਤੱਕ ਐਪਲੀਕੇਸ਼ਨ ਨਹੀਂ ਸੀ ਅੱਗੇ ਮੂਵ ਕੀਤੀ, ਤੀਸਰਾ ਜਿਸ ਬੰਦੇ ਦੇ ਖਿਲਾਫ ਆ ਉਹ DGP ਰਿਟਾਇਰ ਹੋਇਆ ਅਤੇ ਉਹਦਾ ਇੱਕ ਬਹੁਤ ਵੱਡਾ ਇਨਫਲੂਐਂਸ ਵੀ ਸੀਗਾ, ਨਾ ਕਿ ਸਿਰਫ ਲੋਕਾਂ ਦੇ ਉੱਤੇ ਬਲਕਿ ਆਪਣੇ ਡਿਪਾਰਟਮੈਂਟ ਦੇ ਵਿੱਚ ਵੀ। ਤੁਹਾਨੂੰ ਲੱਗਦਾ ਹੈ ਕਿ ਇਹ ਇੰਨਾ ਸੌਖਾ ਕੰਮ ਨਹੀਂ ਹੈਗਾ DGP ਸੁਮੇਧ ਸੈਣੀ ਨੂੰ ਕੋਈ ਸਜ਼ਾ ਕਰਵਾ ਪਾਉਣਾ ਜਾਂ ਹੋਰ, ਕਿਉਂਕਿ ਅਜੇ ਤੱਕ ਵੀ ਉਹਨਾਂ ਦੇ ਚਹੇਤੇ ਥੱਲੇ ਵਾਲੇ ਅਫਸਰ ਜਾਂ ਹੋਰ ਬੜੀਆਂ ਚੀਜ਼ਾਂ ਅਜੇ ਵੀ ਪਈਆਂ ਹੈਗੀਆਂ ਨੇ, ਅਨਟੋਲਡ ਸਟੋਰੀਜ਼? ਦੇਖੋ ਆਏ ਹੈ, ਸੁਮੇਧ ਸਿੰਘ ਸੈਣੀ ਇਜ਼ ਜਸਟ ਵਨ ਆਫ ਦਾ ਕ੍ਰਿਮੀਨਲਸ ਇਨ ਯੂਨੀਫੋਰਮ, ਠੀਕ ਹੈ। ਉਹਨੂੰ ਇੱਕ ਆਪਣਾ ਔਰਾ ਬਣਾ ਕੇ ਰੱਖਣ ਦੀ ਆਦਤ ਹੈ। ਇੱਕ ਕ੍ਰਿਮੀਨਲ ਦੀ, ਆਈ ਐਮ ਸੋਰੀ ਟੂ ਸੇ ਵਰਡ ਮੈਂ ਯੂਜ਼ ਕਰ ਰਿਹਾ, ਮੈਂ ਇੱਕ ਔਫਿਸਰ ਵਾਸਤੇ ਕਦੇ ਵੀ ਇਹੋ ਜਿਹਾ ਲਫਜ਼ ਯੂਜ਼ ਨਹੀਂ ਕਰਨਾ ਚਾਹੁੰਦਾ, ਬਟ ਸੁਮੇਧ ਸਿੰਘ ਸੈਣੀ ਨੂੰ ਮੈਂ ਇੱਕ ਸਟਿਗਮਾ ਗਿੰਦਾ ਯੂਨੀਫੋਰਮ 'ਤੇ, ਅਤੇ ਤਾਂ ਕਹਿ ਰਿਹਾ ਇੱਕ ਔਫਿਸਰ ਜਦੋਂ ਕ੍ਰਿਮੀਨਲ ਬਣਦਾ ਉਹਦੀ ਔਕਾਤ ਕ੍ਰਿਮੀਨਲ ਵਾਲੀ ਹੁੰਦੀ ਹੈ, ਨਾ ਕਿ ਇੱਕ DGP ਵਾਲੀ। ਸੋ ਜਿਹੋ ਜਿਹੀਆਂ ਹਰਕਤਾਂ ਦੇ ਉਹਦੇ 'ਤੇ ਐਲੀਗੇਸ਼ਨ ਲੱਗ ਰਹੇ ਹੈ, ਉਹ ਡੈਫੀਨੇਟਲੀ ਹੀ ਡਜ਼ਨਟ ਡਿਜ਼ਰਵ ਟੂ ਬੀ ਈਵਨ ਇਨ ਦੀ IPS, ਮੱਚ ਲੈਸ, ਮਤਲਬ ਹੀ ਸ਼ੁੱਡ ਨੋਟ ਈਵਨ ਬੀ ਰੈਫਰ ਟੂ ਐਜ਼ ਐਨ IPS ਔਫਿਸਰ, ਮੱਚ ਲੈਸ ਦਾ DGP ਆਫ ਅ ਸਟੇਟ। ਸ਼ਰਮ ਆਉਂਦੀ ਹੈ ਕਿ ਇਹੋ ਜਿਹੇ ਬੰਦੇ ਐਵੀਡੈਂਸ ਫੈਬਰੀਕੇਟ ਕਰਕੇ, ਬੰਦਿਆਂ ਨੂੰ ਐਲੀਮੀਨੇਟ ਕਰਕੇ, ਪੋਜੀਸ਼ਨ ਦਾ ਮਿਸਯੂਜ਼ ਕਰਕੇ, ਲੋਕਾਂ ਨੂੰ ਡਰਾ ਕੇ DGP ਬਣ ਕੇ ਕੰਮ ਕਰਕੇ ਕਹਿੰਦੇ ਆ ਜੀ ਅਸੀਂ ਤਾਂ ਲੋਕਾਂ ਦਾ ਇੰਟਰਸਟ ਵਾਚ ਕਰ ਰਹੇ ਹਾਂ, ਲੋਕਾਂ ਨੂੰ ਪ੍ਰੋਟੈਕਟ ਕਰ ਰਹੇ ਹਾਂ। ਰਹੀ ਗੱਲ ਵਿਸ਼ਵਾਸ ਦੀ, ਵਿਸ਼ਵਾਸ ਸਿਰਫ ਰੱਬ 'ਤੇ ਹੁੰਦਾ ਹੈ, ਸਾਡਾ ਜੁਡੀਸ਼ੀਅਲ ਸਿਸਟਮ ਵੀ ਜਿਹੜਾ ਚੱਲਦਾ ਹੈ ਰੱਬ ਦੀ ਮਿਹਰ ਨਾਲ ਚੱਲਦਾ ਹੈ, ਜੱਜਿਸ ਵੀ ਜਦੋਂ ਇਨਸਾਫ ਦਿੰਦੇ, ਜੱਜ ਵੀ ਇਨਸਾਨ ਨੇ, ਉਹ ਵੀ ਰੱਬ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਸਾਡੇ ਕਾਨੂੰਨ ਨੂੰ ਜੇ ਅਪਹੋਲਡ ਕਰਦੇ ਹੈ। ਹਰ ਇਨਸਾਨ ਜਿਹੜਾ ਕੋਰਟ ਦੇ ਵਿੱਚ ਜਾਂਦਾ ਹੈ, ਮੇਰੇ ਖਿਆਲ ਨਾਲ ਕੋਈ ਵੀ, ਭਾਵੇਂ ਉਹ ਜੱਜ ਹੋਵੇ, ਭਾਵੇਂ ਵਕੀਲ ਹੋਵੇ, ਭਾਵੇਂ ਕੰਪਲੇਨੈਂਟ ਹੋਵੇ, ਭਾਵੇਂ ਮਤਲਬ ਵਿਕਟਿਮ ਹੋਵੇ ਜਾਂ ਅਕਿਊਜ਼ਡ ਹੋਵੇ, ਹਰ ਬੰਦਾ ਰੱਬ ਦੇ ਵਿੱਚ ਵਿਸ਼ਵਾਸ ਕਰਕੇ ਜਾਂਦਾ ਹੈ। ਜੇ ਕੋਈ ਬੰਦਾ ਝੂਠਾ ਫਸਿਆ ਹੁੰਦਾ, ਉਹ ਵਿਸ਼ਵਾਸ ਰੱਖਦਾ ਕਿ ਜੱਜ ਸਾਹਿਬ ਮੈਨੂੰ ਇਨਸਾਫ ਦੇਣਗੇ, ਰੱਬ ਮਿਹਰ ਕਰਨਗੇ, ਮੈਨੂੰ ਇਨਸਾਫ ਮਿਲੂਗਾ। ਜੇ ਇੱਕ ਵਿਕਟਿਮ ਜਾਂਦਾ, ਉਹ ਵੀ ਇਹ ਕਹਿੰਦਾ ਕਿ ਰੱਬ ਦੀ ਮਿਹਰ ਨਾਲ ਮੈਨੂੰ ਇਨਸਾਫ ਮਿਲੂਗਾ। ਸੋ ਇਸ ਕਰਕੇ ਵਿਸ਼ਵਾਸ ਤਾਂ ਅਸੀਂ ਰੱਬ ਦੇ ਵਿੱਚ ਵੀ ਰੱਖੀਦਾ ਹੈ, ਰੱਬ ਦੀ ਰਜ਼ਾ ਨਾਲ ਅਸੀਂ ਕੋਰਟ ਦੇ ਵਿੱਚ ਵੀ ਰੱਖੀਦਾ ਹੈ। ਸੁਮੇਧ ਸਿੰਘ ਸੈਣੀ ਵਰਗਿਆਂ ਨੂੰ ਉਹਦੇ ਪਾਪਾਂ ਦੀ ਸਜ਼ਾ ਰੱਬ ਮਿਹਰ ਕਰੇ ਜ਼ਰੂਰ ਦਵਾਵਾਂਗੇ, ਉਸ ਚੀਜ਼ ਦੇ ਵਿੱਚ ਕੋਈ ਦੋ ਰਾਏ ਨਹੀਂ। ਔਰ ਉਹਦੇ ਵਿੱਚ ਇਨਸਾਫ ਦੀ ਲੜਾਈ ਦੇ ਵਿੱਚ ਪਿੱਛੇ ਹਟਣ ਵਾਲਿਆਂ 'ਚੋਂ ਨਾ ਮੈਂ ਹੈਗਾ, ਨਾ ਇਹ ਕੰਪਲੇਨੈਂਟ ਪਾਰਟੀ 'ਚੋਂ ਕੋਈ ਹੈ। ਵਕੀਲ ਸਾਹਿਬ, ਐਂਟੀਸਪੇਟਰੀ ਬੇਲ ਵਾਸਤੇ ਉਹਨਾਂ ਵੱਲੋਂ ਅਪਲਾਈ ਕੀਤਾ ਗਿਆ ਹੈਗਾ, ਅਪੀਲ ਪਾਈ ਗਈ ਹੈ, ਅਤੇ ਤੁਹਾਨੂੰ ਕੀ ਲੱਗਦਾ ਹੁਣ ਕੱਲ੍ਹ ਦੀ ਜਿਹੜੀ ਪ੍ਰੋਸੀਡਿੰਗ ਹੈ ਉਹ ਕਿਸ ਗੱਲ ਦੇ ਉੱਤੇ ਖੜੀ ਹੈ? ਆਰਗੂਮੈਂਟ ਸੁਣੇ ਨੇ ਤੁਹਾਡੇ, ਕੀ ਅੱਗੇ ਚੱਲ ਰਿਹਾ?
देखो जिथे तक प्रोसीडिंग का सवाल है, कल आर्ग्यूमेंट्स दोबारा एड्रेस होंगे बिकॉज जिवें ड्यूटीज़ लग दी जजेज दियाँ वेकेशन जिवें रोस्टर होंगे उस तरह रोस्टर चल रहे हैं बिकॉज बेसिकली द कोर्ट्स आर नॉट फंक्शनिंग. सो उस अज जिन्ना कोल सी उन्हां कोल नहीं होगा, दूजे जज साहब कोल कल केस होगा. सो आर्ग्यूमेंट्स दोवें पार्टीज़ ने, मतलब रादर तीनों ने, प्रोसीक्यूशन ने भी, कंप्लेनेंट ने भी और मिस्टर सैनी के लॉयर ने भी एड्रेस करने ही करने हैं. सो कल दोबारा आर्ग्यूमेंट्स होंगे, फिर देखते हैं की चीज़ा. बहुत बहुत शुक्रिया. सो वकील साहब ने कहा है कि अगे हुण कोर्ट के जो प्रोसीडिंग चलनगियां उहदे उत्ते सारी गलबात खड़ी है, क्योंकि एक इनफ्लुएंस्ड एक IPS अफसर जिसका कि बहुत वड्डा ऑरा अजे भी कम कर रहा है एक्स DGP समेत सैनी का, उहदे खिलाफ जाके लड़ना, सबूत इकट्ठे करना ते अग्रीव्ड फैमिली नू इंसाफ दवाना एक सचमुच बहुत वड्डी गल है. ते प्रदीप विरक जो वकील हैगे ने वो बड़े हौसले नाल गल कह रहे हैं कि वह विक्टिम फास जो फैमिली हैगे उन्होंने जरूर इंसाफ दवाएंगे. कैमरामैन सुनील के नाल सुशील गर्चा, दैनिक सवेरा, चंडीगढ़.